नवे साल दे संबंध मानजो कमिश्नर साहब वालों ड्यूटियां लगियां सीगियां साडियां सारे शहर दे विच नाके लगे सीगे प्रोपर ते मेरी पेट्रोलिंग ड्यूटी ही ते नाले नाके चेक करन दी ते जदों ही मैं गया इत्थे नाके सन सिटी चौंक दे विच ते उदों सानूं मतलब इक सीक्रेट इनफॉर्मेशन मिली दुराने चैकिंग व्हीकल दी चैकिंग कर रहे सी उदों ते उन्हां ने इह इनफॉर्मेशन मिली मैनूं कि जिहड़ा इह तुहाडे बटाला रोड दे उत्ते इक होटल आ रंधावा होटल जी ਉਹਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਮਤਲਬ ਨਜਾਇਜ਼ ਦੇ ਵਪਾਰ ਦਾ ਧੰਦਾ ਚੱਲ ਰਿਹਾ ਉਹਨੇ ਮਤਲਬ ਬੜਾ ਕੌਨਫੀਡੈਂਟ ਹੋ ਕੇ ਮਤਲਬ ਇਹ ਚੀਜ਼ ਕਹੀ ਵੀ ਸ਼ੋਰ ਹੈਗਾ ਜੇ ਹੁਣ ਇਹ ਰੇਡ ਕੀਤਾ ਜਾਵੇ ਤਾਂ ਮਤਲਬ ਮਿਲ ਸਕਦਾ ਆਪਾਂ ਫਿਰ ਉਹਨਾਂ ਦੀ ਤਲਾਹ ਜਿਹੜੀ ਆ ਸੱਚੀ ਮੁਤਬਰ ਪਾ ਕੇ ਅਤੇ ਇੱਕ ਟੀਮ ਰੈਡੀ ਕੀਤੀ ਗਈ ਉੱਥੋਂ ਹੀ ਨਾਕੇ ਤੋਂ ਹੀ ਫਿਰ ਅਸੀਂ ਉੱਥੇ ਰੰਧਾਵਾ ਹੋਟਲ ਹੈ ਜਿਹੜਾ ਬਟਾਲਾ ਰੋਡ 'ਤੇ ਉੱਥੇ ਹੀ ਰੇਡ ਕੀਤਾ ਅਤੇ ਰੇਡ ਦੇ ਦੌਰਾਨ ਦੇਖਿਆ ਵੀ ਜਿਹੜਾ ਹੋਟਲ ਦੇ ਸੱਜੇ ਹੱਥ ਸੈਕਿੰਡ ਫਲੋਰ ਦੇ ਉੱਤੇ ਸਪਾ ਸੈਂਟਰ ਚੱਲ ਰਿਹਾ ਸੀਗਾ ਅਤੇ ਬਕਾਇਦਾ ਉਹਦੀ ਰਿਸੈਪਸ਼ਨ ਉਹਨਾਂ ਅਲੱਗ ਬਣੀ ਸੀ ਪੋਰਸ਼ਨ ਵੀ ਵੱਖਰਾ ਬਣਾਇਆ ਸੀਗਾ ਅਤੇ ਇਤਰਾਜ਼ਯੋਗ ਹਾਲਤ 'ਚ ਆਪਾਂ ਨੂੰ ਉੱਥੇ ਮਤਲਬ ਜੋੜੇ ਮਿਲੇ ਨੇ ਕਿੰਨੇ ਕੁੜੀਆਂ ਕਿੰਨੇ ਮੁੰਡੇ ਇੱਥੇ ਜੀ ਆਪਾਂ ਨੂੰ ਦੋ ਕੁੜੀਆਂ ਸੀਗੀਆਂ ਅਤੇ ਤਿੰਨ ਲੜਕੇ ਸੀਗੇ ਅਤੇ ਦੋ ਸਪਾ ਸੈਂਟਰ ਜਿਹੜਾ ਚਲਾਉਂਦੇ ਸੀਗੇ ਉਹ ਸੀਗੇ ਅੱਛਾ ਸਰ ਜਿਹੜੇ ਫੜੇ ਗਏ ਨੇ ਸਾਰੇ ਜਣੇ ਤਾਂ ਇਹ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜਿਹੜੇ ਕੁੜੀਆਂ ਫੜੀਆਂ ਗਈਆਂ ਮੁੰਡੇ ਫੜੇ ਗਏ ਨੇ ਇਹਨਾਂ ਦੀ ਬੈਕਗ੍ਰਾਉਂਡ ਕੀ ਹਾਂਜੀ ਇਹ ਜਿਹੜੀਆਂ ਲੜਕੀਆਂ ਸੀਗੀਆਂ ਦੋਵੇਂ ਇਹ ਪਹਿਲਾਂ ਤਾਂ ਇਹ ਵੀ ਇਹ ਲੋਕਲ ਨਹੀਂ ਸੀ ਹੈਗੀਆਂ ਇਹ ਆਊਟ ਆਫ ਡਿਸਟ੍ਰਿਕਟ ਮਤਲਬ ਇੱਥੋਂ ਲਿਆਂਦੀਆਂ ਗਈਆਂ ਅਤੇ ਜਿਹੜੇ ਲੜਕੇ ਆ ਦੋ ਉਹ ਤਰਨ ਤਾਰਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਇੱਕ ਲੜਕਾ ਇੱਥੇ ਅੰਮ੍ਰਿਤਸਰ ਦਾ ਹੈ ਅੱਛਾ ਸਰ ਇਹਨਾਂ ਦਾ ਕਈ ਵਾਰੀ ਸੋਸ਼ਲ ਮੀਡੀਆ 'ਤੇ ਵੀ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਪਲੇਟਫਾਰਮ ਬਣਾਇਆ ਹੁੰਦਾ ਜਿਹਦੇ ਉੱਤੇ ਗ੍ਰਾਹਕ ਜਿਹੜੇ ਜਿਸ ਤਰੀਕੇ ਨਾਲ ਕੰਮ ਜਿਹੜਾ ਕਰਦੇ ਉਹਨਾਂ ਦੇ ਗ੍ਰਾਹਕ ਲੱਭੇ ਜਾਂਦੇ ਸੀ ਤਾਂ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਪਲੇਟਫਾਰਮ ਬਣਿਆ ਹੋਇਆ ਸੋਸ਼ਲ ਮੀਡੀਆ ਹਾਂਜੀ ਬਿਲਕੁਲ ਬ੍ਰਦਰ ਇਹ ਧਿਆਨ 'ਚ ਆਈ ਗੱਲ ਬਟ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਆਪਾਂ ਅਗਾਂਹ ਇਹਨੂੰ ਪੂਰਾ ਢੰਗਾਈ ਨਾਲ ਜਾਂਚਾਂਗੇ ਵੀ ਇਹ ਇਸ ਤਰ੍ਹਾਂ ਦਾ ਕਿਹੜਾ ਰੈਕਟ ਚਲਾ ਰਿਹਾ ਕਿੰਨੀ ਦੇਰ ਤੋਂ ਇਹ ਕਰ ਰਹੇ ਸੀ ਮੇਰੀ ਤਾਂ ਜਿਹੜੇ ਕੱਲ੍ਹ ਹੀ ਨੌਲੇਜ 'ਚ ਇਹ ਆਇਆ ਜਦੋਂ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆ ਉੱਦਾਂ ਇਹ ਹੈਗਾ ਸੀ ਵੀ ਇਲਾਕੇ ਦੇ ਵਿੱਚ ਚੱਲ ਰਿਹਾ ਮੈਨੂੰ ਅਜੇ ਥੋੜ੍ਹੇ ਦਿਨ ਹੋਏ ਇੱਥੇ ਆਉਣ ਕੋਈ ਨਸ਼ਾ ਨੁਸ਼ਾ ਵੀ ਉੱਥੇ ਤੁਹਾਨੂੰ